हेलो गाइस, वेलकम यू इन माय चैनल एसएम ब्लॉगीफाई। मेरा नाम है सतविंदर ते अज असी तुहानू बना के दिखावांगे दो तरीके दे नाल आलू दे परांठे। आलू दे परांठे आपां घर दे विच बनावांगे, ओह वी देसी घिओ दे नाल। ते वैसे तां आलू दे परांठे सब बना लैंदे आ, पर असी तुहानू थोड़े खास तरीके नाल बना के दिखावांगे ओहदे विच की मसाले पाउगे। बिकॉज़ अजकल जिहड़ा ट्रेंड चलिया पिया, अजकल इंटरनेट ते इन्ना ज्यादा बाहरला फूड आ गया, जिदा पिज्ज़ा, बर्गर, मोमोज, मंचूरियन ते नूडल्स वगैरह बहुत सारी वीडियो देखी होनी, जिहदे करके आपां अपने जिहड़े पंजाबी खाणा आ उहनूं आपां भुलदे जा रहे हां। ते ज़्यादातर इह हुंदा कि बच्चे ते लेडीज़ आपां की करदे, आपां बाहरों खाण चले जाईदा, घर बणाई जाणी, पर जो आपां चीज़ घर च बणावांगे उहदा टेस्ट वक्खरा ही आ। ते अज्ज असीं तुहानूं दो तरीके दे परौंठे बना के दिखावांगे, ओह वी देसी घिओ दे विच। प्रोपर आलू दी पिट्ठी जिहड़ी आपां तियार करनी आ, ते उहदे च इदां दे मसाले पावांगे कि उह ज़्यादा हैवी ना बणे, जदों आपां खा लैंदे हां तां आपणे ਸਰੀਰ ਚੈਸਟ ਤੇ ਜੰਮੇ ਨਾ। ਤੇ ਆਪਾਂ ਉਸ ਤਰੀਕੇ ਨਾਲ ਬਣਾ ਬਣਾ ਕੇ ਦਿਖਾਵਾਂਗੇ। ਤੇ ਸਾਡੇ ਨਾਲ ਇਸ ਟਾਈਮ ਹੈ ਤਰਨਜੀਤ, ਜਿਹੜੀ ਮੇਰੀ ਵਾਈਫ, ਜਿਹੜੀ ਕਿ ਸੁਪਰ ਸ਼ੈੱਫ ਹੈ। ਤੇ ਸਮਾਨ ਅਸੀਂ ਸਾਰਾ ਹੁਣ ਰੈਡੀ, ਤੇ ਅਸੀਂ ਆਲੂ ਉਬਾਲ ਲਏ ਆ, ਆਲੂ ਆਪਣੇ ਚੰਗੀ ਤਰ੍ਹਾਂ ਉਬਲ ਗਏ ਆ। ਤੇ ਇਹ ਆਪਾਂ ਪਿਆਜ਼ ਬਰੀਕ ਕੱਟ ਲੈਣੇ ਆ, ਤੇ ਥੋੜ੍ਹਾ ਜਿਹਾ ਵਿੱਚ ਪਨੀਰ ਪਾਵਾਂਗੇ। ਤੇ ਇਹ ਬਾਕੀ ਸਾਡੇ ਕੋਲ ਸਾਰੇ ਮਸਾਲੇ ਆ, ਇਹ ਸਾਰੇ ਮਸਾਲੇ ਆਪਾਂ ਪਹਿਲਾਂ ਹੀ ਕੱਢ ਕੇ ਰੱਖ ਲਏ ਆ। ਤੇ ਤਰਨਜੀਤ ਤੁਹਾਨੂੰ ਹੁਣ ਕੁਝ ਦੱਸੂਗੇ ਕਿ ਇਹ ਕਿਸ ਤਰੀਕੇ ਨਾਲ ਬਣਾਓਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਥ ਜੋੜ ਕੇ। ਅੱਜ ਮੈਂ ਤੁਹਾਨੂੰ ਆਲੂ ਦੇ ਪਰੌਂਠੇ ਬਣਾਉਣੇ ਸਿਖਾਉਣ ਲੱਗੀ ਹਾਂ, ਠੀਕ ਹੈ ਜੀ। ਵੈਸੇ ਤਾਂ ਚਲੋ ਸਾਰੇ ਘਰ 'ਚ ਬਣਾਉਂਦੇ ਆ, ਪਰ ਮੈਂ ਆਪਣੇ ਹੀ ਤਰੀਕੇ ਨਾਲ ਬਣਾਉਂਦੀ ਹੁੰਦੀ ਹਾਂ ਜੀ। ਜਿਸ ਤਰ੍ਹਾਂ ਆਪਣੇ ਘਰਾਂ 'ਚ ਦੇਸੀ ਆਪਾਂ ਬਿਲਕੁਲ ਪੰਜਾਬੀ ਜਿਸ ਤਰ੍ਹਾਂ ਬਣਾਉਂਦੇ ਹਾਂ ਜੀ, ਮੈਂ ਉੱਦਾਂ ਬਣਾਉਣ ਲੱਗੀ ਹਾਂ, ਠੀਕ ਹੈ ਜੀ। ਹੁਣ ਮੈਂ ਆਲੂ ਉਬਾਲੇ ਹੋਏ ਸੀਗੇ, ਇੱਕ ਵਿਸਲ ਲਵਾਲੀ ਸੀਗੀ ਆਲੂਆਂ ਨੂੰ। ਹੁਣ ਆਲੂ ਮੈਂ ਉਬਾਲੇ ਸੀਗੇ ਅਤੇ ਹੁਣ ਮੈਂ ਲੱਗੀ ਹਾਂ ਆਲੂਆਂ ਦੇ ਵਿੱਚ ਮਟੀਰੀਅਲ ਤਿਆਰ ਕਰਨ, ਠੀਕ ਹੈ ਜੀ। ਉਹ ਮੈਂ ਤੁਹਾਨੂੰ ਨਾਲੋਂ ਨਾਲ ਹੀ ਦੱਸੀ ਜਾਵਾਂਗੀ ਕੀ ਪਾਉਣਾ ਤੁਸੀਂ, ਠੀਕ ਹੈ। ਹਾਂਜੀ, ਆਪਾਂ ਆਲੂ ਉਬਾਲੇ ਸੀਗੇ ਤੇ ਹੁਣ ਆਪਾਂ ਆਲੂ ਛਿੱਲ ਲੈਣੇ ਆ, ਤੇ ਮਟੀਰੀਅਲ ਆਪਣਾ ਸਾਰਾ ਰੈਡੀ ਆ। ਪਹਿਲਾਂ ਆਪਾਂ ਆਲੂ ਛਿੱਲ ਕੇ ਫਿਰ ਆਪਾਂ ਇਹਨੂੰ ਮੈਸ਼ ਕਰਨਾ ਆ। ਤੇ ਜਦ ਤੱਕ ਆਲੂ ਛਿੱਲ ਜਾਂਦੇ ਆ, ਜਦ ਤੱਕ ਅਸੀਂ ਆਲੂ ਛਿੱਲ ਰਹੇ ਹਾਂ, ਤਦ ਤੱਕ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਅਸੀਂ ਇੱਧਰ ਇਹ ਵੀਡੀਓ ਜਿਹੜੀਆਂ ਡਿਸ਼ਜ਼ ਵਾਲੀਆਂ ਵੀਡੀਓ ਆ, ਆਪਣਾ ਘਰੇਲੂ ਖਾਣਾ ਉਹ ਪਾਉਂਦੇ ਰਹਿੰਦੇ ਹਾਂ। ਤਾਂ ਜੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ। ਤਾਂ ਪਹਿਲਾਂ ਸਾਨੂੰ ਸਾਰੇ ਆਲੂ ਮੈਸ਼ ਕਰ ਲੈਂਦੋ, ਫਿਰ ਆਪਾਂ ਦੁਬਾਰਾ ਬੈਕ ਕਰਨੇ ਤੁਹਾਡੇ। ਹਾਂਜੀ, ਹੁਣ ਅਸੀਂ ਆਲੂ ਸਾਰੇ ਛਿੱਲੇ ਆ ਤੇ ਹੁਣ ਅਸੀਂ ਆਲੂ ਨੂੰ ਕਰਨਾ ਮੈਸ਼। ਤੇ ਸਾਡੇ ਕੋਲ ਇੱਕ ਕੀ ਕਹਿੰਦੇ ਇਹਨੂੰ, ਦੁਰਮਟ, ਵੈਸੇ ਇਹ ਮਸਾਲਾ ਕੁੱਟਣ ਵਾਲਾ ਆ। ਆਹ ਦੇਖੋ, ਇਹਦਾ ਮਸਾਲਾ ਕੁੱਟ ਕੇ ਹਟੇ ਹੋਣੀ। ਤੇ ਇਹਦੇ ਨਾਲ ਅਸੀਂ ਆਲੂ ਪਹਿਲਾਂ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਆ। ਹਾਂਜੀ, ਆਲੂ ਸਾਡੇ ਮੈਸ਼ ਹੋ ਗਏ ਆ ਤੇ ਹੁਣ ਅਸੀਂ ਇਹਦੇ ਵਿੱਚ ਪਨੀਰ ਨੂੰ ਆਪਾਂ ਕੱਦੂਕਸ ਕਰਕੇ ਮਿਕਸ ਕਰਾਂਗੇ। ਇਹਦੇ ਵਿੱਚ ਪਨੀਰ ਨਾਲ ਥੋੜ੍ਹਾ ਟੇਸਟ ਜ਼ਿਆਦਾ ਵਧੀਆ ਆ ਜਾਂਦਾ ਵਾ। ਤੇ ਇਹ ਸਾਡਾ ਪਨੀਰ ਪੂਰਾ ਕੱਦੂਕਸ ਹੋ ਗਿਆ ਵਾ। ਤੇ ਹੁਣ ਆਪਾਂ ਇਹਨਾਂ ਨੂੰ ਪਨੀਰ ਤੇ ਆਲੂ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਪਿਆਜ਼ ਪਾਣ ਲੱਗੇ ਤੇ ਨਾਲ ਹੀ ਆਪਾਂ ਜਿਹੜੇ ਪਿਆਜ਼ ਬਰੀਕ ਕੱਟੇ ਅਸੀਂ ਉਹ ਵੀ ਪਾ ਲੈਣੇ ਆ। ਤੇ ਇਹ ਆਪਾਂ ਮਸਾਲਾ ਮੋਟਾ ਸੀ ਜਿਹੜਾ, ਇਹ ਆਪਾਂ ਪੀਸ ਕੇ ਇਹ ਵੀ ਪਾ ਦਿੱਤਾ ਆ। ਅਨਾਰਦਾਣਾ, ਤੇ ਇਹ ਆ ਜੀ ਅਨਾਰਦਾਣਾ ਜਿਹੜਾ ਕਿ ਆਪਾਂ ਨੂੰ ਹਜ਼ਮ ਕਰਨ ਦੇ ਵਿੱਚ ਮਦਦ ਕਰਦਾ ਆ। ਤੇ ਇਹ ਹੈਗੀ ਕਸਤੂਰੀ ਮੇਥੀ, ਇਹਦੇ ਨਾਲ ਇਹ ਕਿ ਸਾਡਾ ਫਲੇਵਰ ਜਿਹੜਾ ਬਹੁਤ ਵਧੀਆ ਬਣੇਗਾ। ਤੇ ਫਿਰ ਪਾਵਾਂਗੇ ਆਪਾਂ ਸਾਬਤ ਜੀਰਾ, ਜੀਰਾ ਪਾਊਡਰ ਨਹੀਂ ਪਾਵਾਂਗੇ, ਸਾਬਤ ਜੀਰਾ ਪਾਵਾਂਗੇ। ਥੋੜ੍ਹੀ ਜਿਹੀ ਜਵੈਣ, ਤੇ ਥੋੜ੍ਹੀ ਜਿਹੀ ਜਵੈਣ ਪਾਵਾਂਗੇ। ਇਹ ਸਭ ਸਾਡੇ ਹਾਜ਼ਮੇ ਵਾਸਤੇ ਬਹੁਤ ਵਧੀਆ ਚੀਜ਼ਾਂ ਹੈ, ਆਪਾਂ ਨੂੰ ਹੈਵੀ ਫੀਲ ਨਹੀਂ ਕਰਾਊਗੀ। ਗਰਮ ਮਸਾਲਾ, ਫਿਰ ਆ ਗਿਆ ਗਰਮ ਮਸਾਲਾ, ਇਹ ਜਿਹੜਾ ਫਲੇਵਰ ਆਏਗਾ ਪਰੌਂਠਿਆਂ ਦੇ ਵਿੱਚ, ਇਹ ਸਭ ਮਸਾਲੇ ਨੇ ਦੇਣਾ ਆ।
फिर आप लाल मिर्च पावे, तुम अपने टेस्ट के हिसाब ना पा सकते हो। फिर ये जी हरी मिर्च जिहड़ी कि असी ग्राइंड करके थले रखी हुई सी, असी हरी मिर्च भी पावे ये। मिर्च अपने हिसाब से भी पा सकते हैं क्योंकि अभी खाने तीखी मिर्च। असी थोड़ा जहा करारे करारी सब्जी खाई दी आ, साढ़े परौंठे सब करारा ही होंदा वा, तो तुसी अपने हिसाब नाल पा सकते हो। तो फिर तुसी नमक पाओगे अपने स्वाद के हिसाब नाल। ये सारा असी मटीरियल पा के हुण असी इहनूं चंगी तरहां मिक्स कर लैणा। असीं प्रॉपर तरीके नाल मिक्स कर लांगे, आपां इहनूं हथ दे नाल चंगी तरहां मिक्स कर लैणा। आलू पूरे मैश कर देने आ, लाइक जिदा आपां आलू वाला पेस्ट बन जाए। परौंठे बना लगा तो कोई मतलब औखा ना हो जितनी जर विच आना दसना जिस तरह आलूआं दी गठ बज जाती उदा ना हो, बिल्कुल प्रॉपर मैश हो जाए आलू। हाँ जी, हुण असी सारा प्रॉपर तरीके नाल मैश करता है, सारा कुछ साढ़े मसाले वगैरह सब मिक्स हो गया विच। तो जो तुहाडा पूरा रेडी हो गया तां तुसी एक बार इहनूं टेस्ट करके देख लो, नमक मिर्च मसाला चेक कर लो। ठीक है, जे तुहानूं घट लगे तो तुसीं बाद चो नमक मिर्च मसाले कुछ भी पा भी सकते हो। तो ये अपना सारा फाइनल रेडी है। तो हुण आपां करदे आं परौंठे का प्रोसैस शुरू। हुण आपां तुहानूं दो तरीके नाल बना के दिखावांगे परांठे। एक लेयर वाला आ, उहदे विच दो पार्ट हुंदे आ, एक उपर एक थले, तो उहदे विच आपां पिट्ठी रख के उद्दां बनाईदा आ। तो एक आपां तुहानूं बनावांगे एक रोटी दा रोल करके, उहदे विच आपां आलू पा के उहनूं रोल कर दांगे बाद चो, एक उस तरीके नाल बनावांगे। हाँ जी, हुण असीं पहला बनावांगे रोल। असीं एक रोटी दे विच परांठे नूं आपां पेठी पा ली आ, ते हुण आपां इहनूं रोल कर दांगे। इस तरह रोल करांगे जिस तरह आपणे नान बनदे आ। इहनूं चंगी तरह आपां तैयार कर लैणा, पूरा रोल कर देणा इहनूं। हाँ जी, ये साडा हुण असीं तवे दे उपर रख दिता है परौंठा, ते ये साडा हैगा रोल वाला परौंठा। ये रेडी हो रहा, हुण आपां इहदे च देसी घ्यो इस्तेमाल कीता है। ते सही क्रंच वास्ते इहनूं पहिलां करारा करना पैणा चंगी तरह। हाँ जी, ये आ साडा लेयर वाला परौंठा। ते हुण असीं दो रोटियां बना के उहदे विच आपां भर दित्ती सी पिट्ठी, ते हुण आपां रेडी करांगे। ਤੇ ਇਹ ਆਪਣਾ ਹੋ ਰਿਹਾ ਵਾ ਲੇਅਰ ਵਾਲਾ ਪਰੌਂਠਾ ਤਿਆਰ। ਇੱਧਰ ਆਪਣਾ ਰੋਲ ਵਾਲਾ ਤਿਆਰ ਹੋ ਗਿਆ, ਇੱਧਰ ਲੇਅਰ ਵਾਲਾ ਹੋ ਗਿਆ। ਤੇ ਦੋਨੇ ਬਣ ਕੇ ਆਪਾਂ ਤੁਹਾਨੂੰ ਫਿਰ ਰਿਵਿਊ ਦਿੰਨੇ ਆ। ਤੇ ਗਾਇਜ਼, ਹੁਣ ਸਾਡੇ ਦੋਨੇ ਪਰਾਂਠੇ ਬਣ ਕੇ ਤਿਆਰ ਆ। ਇਹ ਹੈਗਾ ਆਪਣਾ ਰੋਲ ਕੀਤਾ ਸੀ ਜਿਹੜਾ ਆਪਾਂ, ਇਹ ਵਾਲਾ, ਤੇ ਇਹ ਆਪਣਾ ਲੇਅਰ ਵਾਲਾ। ਆ ਦੇਖੋ ਇਹਦੇ ਵਿੱਚ ਪਿੱਠੀ ਭਰੀ ਹੋਈ ਆ, ਤੇ ਧੂੰਆਂ ਦੇਖੋ ਤੇ ਸਮੈਲ ਇਹਦੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੀ ਵਧੀਆ ਆ ਰਹੀ ਆ। ਤੇ ਇਹ ਐਕਚੁਅਲੀ ਖੁੱਲੇਗਾ ਨਹੀਂ ਕਿਉਂਕਿ ਆਪਾਂ ਨੇ ਰੋਲ ਕੀਤਾ ਆ। ਅਤੇ ਆਪ ਇਹ ਆਪਾਂ ਟੇਸਟ ਕਰਾਂਗੇ ਮੱਖਣ ਦੇ ਨਾਲ। ਅਤੇ ਮੱਖਣ ਆਪਾਂ ਥੋੜ੍ਹਾ ਥੋੜ੍ਹਾ ਲਗਾਵਾਂਗੇ ਦੋਨਾਂ ਦੇ ਉੱਪਰ। ਇਹ ਦੇਸੀ ਘਿਓ ਦੇ ਪਰੌਂਠੇ ਆਪਾਂ ਬਣੇ ਹੋਏ, ਅਤੇ ਮੱਖਣ ਵੀ ਆਪਾਂ ਥੋੜ੍ਹੇ ਲਗਾਵਾਂਗੇ ਤਾਂ ਕਿ ਜ਼ਰਾ ਹੈਵੀ ਨਾ ਹੋ ਜਾਏ। ਬਾਕੀ ਇਹ ਚੀਜ਼ ਆਪਾਂ ਜੋ ਮਟੀਰੀਅਲ ਪਾਇਆ ਉਹ ਸਾਰਾ ਆਪਾਂ ਨੂੰ ਡਾਈਜੈਸਟਿਵ ਕਰਨ 'ਚ ਬਹੁਤ ਮਦਦ ਕਰੇਗਾ। ਅਤੇ ਹੁਣ ਆਪਾਂ ਇਹਨੂੰ ਟਰਾਈ ਕਰਦੇ ਹਾਂ। ਪਹਿਲਾਂ ਮੱਖਣ ਨੂੰ ਆਪਾਂ ਚੰਗੀ ਤਰ੍ਹਾਂ ਦੇ ਉੱਪਰ ਲਗਾ ਲਈਏ। ਗਾਇਜ਼, ਜਿਹੜੇ ਪੀਜ਼ੇ ਬਰਗਰ ਆ ਨਾ, ਫਾਸਟ ਫੂਡ ਸਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਖਰਾਬ ਆ। ਆਪਾਂ ਨੈੱਟ ਦੇ ਉੱਪਰ ਵੀਡੀਓ ਦੇਖਦੇ ਕਿ ਆਪਣਾ ਮਨ ਲਲਚਾ ਜਾਂਦਾ ਹੈ, ਅਤੇ ਆਪਾਂ ਬਾਰ ਬਾਰ ਉਸੇ ਚੀਜ਼ਾਂ ਵੱਲ ਭੱਜਦੇ ਹਾਂ। ਪਰ ਜੋ ਆਪਾਂ ਘਰ ਦੇ ਵਿੱਚ ਚੀਜ਼ ਬਣਾਵਾਂਗੇ ਨਾ, ਉਹ ਹੈਲਥੀ ਵੀ ਹੋਊਗੀ, ਟੇਸਟੀ ਵੀ ਹੋਊਗੀ। ਅਤੇ ਹੁਣ ਆਪਾਂ ਪਹਿਲਾਂ ਕਰਦੇ ਹਾਂ ਲੇਅਰ ਵਾਲਾ ਪਰਾਂਠਾ ਤਿਆਰ। ਸੋਰੀ, ਚੈੱਕ ਕਰਦੇ ਹਾਂ ਲੇਅਰ ਵਾਲਾ। ਅਤੇ ਪਹਿਲਾਂ ਮੱਖਣ ਨੂੰ ਫੈਲਾ ਕੇ
ਉਹਨੂੰ ਕਹਿੰਦੇ ਮਾਸਟਰ ਸ਼ੈੱਫ ਹੋਮਮੇਡ ਪਰਾਂਠਾ, ਲਾਜਵਾਬ ਟੇਸਟ ਆ ਯਾਰ। ਡੋਮੀਨੋਜ਼ ਅਤੇ ਪੀਜ਼ਾ ਹੱਟ ਤਾਂ ਫੇਲ ਆ। ਅਸਲ ਜਿਹੜਾ ਪੀਜ਼ਾ ਵੀ ਇਸੇ ਤਰੀਕੇ ਨਾਲ ਹੁੰਦਾ ਆ ਕਿ ਉਹਨੂੰ ਤੰਦੂਰ 'ਚ ਲਗਾ ਦਿੰਦੇ ਆ ਮਟੀਰੀਅਲ ਭਰ ਕੇ, ਉਹ ਸਾਰਾ ਮੈਦਾ ਹੁੰਦਾ ਜੋ ਕਿ ਸਿਹਤ ਵਾਸਤੇ ਸਹੀ ਨਹੀਂ ਹੈਗਾ। ਪਰ ਪਰੌਂਠੇ ਪੰਜਾਬ ਦੀ ਸ਼ਾਨ ਆ ਅਤੇ ਖਾ ਕੇ ਨਜ਼ਾਰਾ ਆ ਜਾਂਦਾ। ਅਤੇ ਹੁਣ ਆਪਾਂ ਇੱਕ ਵਾਰ ਇਹ ਚੈੱਕ ਕਰਦੇ ਹਾਂ ਇਹ ਕਿੱਦਾਂ ਬਣਿਆ। ਇਹ ਥੋੜ੍ਹਾ ਜ਼ਿਆਦਾ ਕਰੰਚੀ ਲੱਗ ਰਿਹਾ ਉਹਦੇ ਨਾਲੋਂ। ਯਾਰ ਪਰੌਂਠੇ ਦਾ ਮਜ਼ਾ ਮੱਖਣ ਨਾਲ ਹੀ ਆਉਂਦਾ ਹੈ। ਯਾਰ ਰੋਲ ਕਿਤੋਂ ਜ਼ਿਆਦਾ ਕਰੰਚੀ ਬਣਿਆ, ਇਹ ਥੋੜ੍ਹਾ ਨਰਮ ਆ। ਅਤੇ ਗਾਇਜ਼ ਇਹ ਸੀਗੇ ਸਾਡੇ 2 ਤਰੀਕੇ ਦੇ ਪਰਾਂਠੇ, ਅਤੇ ਤੁਸੀਂ ਜਿਹੜਾ ਮਰਜ਼ੀ ਬਣਾ ਸਕਦੇ ਹੋ। ਅਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਤਾਂ ਸਾਡੀ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰ ਦਿਓ। ਤਾਂ ਅਸੀਂ ਆਪਾਂ ਮਿਲਦੇ ਹਾਂ ਆਪਣੇ ਨੈਕਸਟ ਵਲੌਗ ਦੇ ਵਿੱਚ। ਤਦ ਤੱਕ ਲਈ ਸਾਡੇ ਨਾਲ ਜੁੜੇ ਰਹੋ, ਮਿਲਦੇ ਹਾਂ, ਗੁੱਡ ਬਾਏ।